हेलो दोस्तों, मैं हाँ तुहाड़ा होस्ट ते दोस्त जरनैल सिंह। ते अज अपनी वीडियो हैगी आयुष्मान भारत कार्ड नू लैके। ते टाइम वेस्ट ना करते हुए आपां अपनी वीडियो शुरू करते हैं। आयुष्मान भारत कार्ड, तो आयुष्मान भारत कार्ड की ने? आयुष्मान भारत कार्ड गवर्नमेंट ऑफ इंडिया वालों जिहड़े जारी किए गए कार्ड सी इलाज लई। मोदी सरकार वालों आयुष्मान भारत स्कीम लॉन्च की गई सी, जिहदे तहत जिन्हां कोले पंजाब दे विच नीले कार्ड बने हुए हैं, जिन्हों असी NFSA कार्ड भी बोलते हैं, वो जिस भी व्यक्ति परिवार के व्यक्ति का नाम है वो अपना जोड़ा हैगा आयुष्मान भारत कार्ड बना सकता। CSC सेंटर उपर जाके किसी भी कॉमन सर्विस सेंटर तुहाडे नेड़े जो भी कॉमन सर्विस सेंटर है, तुसी उस उपर जाके अपना नीला कार्ड लैके जा सकते हो। नीला कार्ड ले जाने तो बाद अपना आधार कार्ड देना, तुहाडी उत्थे बायोमैट्रिक ऑनलाइन सिस्टम राही बायोमैट्रिक होएगी, जिसके नाल तुहाडी जिहड़ी हैगी आइडेंटिफिकेशन प्रूफ हो जाती है और तुहाडा नाम मैच करदा होना चाहिए, तां कि जिहड़ा हैगा तुहाडा आधार कार्ड दे विच नाम उही तुहाडे राशन कार्ड दे विच, जिहनूं NFSA नीला कार्ड कहा जाता पंजाब दे विच, उहदे नाल मैच करदी होनी चाहीदी है। नीले कार्ड मैच करन तों बाद जदों तुसीं अपनी बायोमैट्रिक करवाउंदे हो तां 1 या 2 दिनां दे विच जां कुछ घंटिआं दे विच ही तुहाडा जिहड़ा कार्ड है इशू कर दित्ता जांदा। और इस कार्ड का फायदा की है कि 5 लाख तक का जो इलाज आ, चाहे वह सरकारी है या प्राइवेट हस्पताल आ, वो फ्री जो गवर्नमेंट वालों किया जाता है। तो थोड़ा कोई भी प्रॉब्लम आ, तुसी इस चीज़ स्कीम बारे अज की वीडियो नाल जाणू हो रहे हो, तो जे तुहानू यह इन्फॉर्मेशन चंगी लगी है चैनल में तुहाडे राइट हैंड साइड से सबसक्राइब बटन आ, सबसक्राइब कर दो एंड लाइक भी कर दो, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਆ CSC ਸੈਂਟਰ ਨਾਲ ਸੰਬੰਧਿਤ ਮਿਲ ਸਕਣ। ਤੇ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ, ਇਸ ਲਿੰਕ ਨਾਲ ਤੁਸੀਂ ਜਿਹੜਾ ਹੈਗਾ ਇੱਕ ਸਾਈਟ ਦੇ ਉੱਪਰ ਪੁੱਜੋਗੇ ਜਿਹਦਾ ਨਾਮ ਹੈਗਾ SHA ਪੰਜਾਬ, ਔਰ SHA ਪੰਜਾਬ ਦੇ ਉੱਪਰ ਜਾਣ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ, ਆਪਣਾ ਆਧਾਰ ਕਾਰਡ ਨੰਬਰ ਪਾ ਕੇ ਐਂਡ ਨੀਚੇ ਕੈਪਚਾ ਫਿਲ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਅਸੀਂ ਜਿਹੜਾ ਹੈਗਾ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਲਈ ਐਲੀਜੀਬਲ ਹੈਗੇ ਆ ਕਿ ਨਹੀਂ ਹੈਗੇ। ਤਾਂ ਤੁਸੀਂ ਜੇ ਤੁਸੀਂ ਡਿਸਕ੍ਰਿਪਸ਼ਨ ਵਿੱਚ ਲਿੰਕ ਵੀ ਨਹੀਂ ਦੇਖਣਾ ਤਾਂ ਸਿੱਧਾ ਆਪਣੇ ਗੂਗਲ ਦੇ ਵਿੱਚ ਲਿਖੋ SHA ਪੰਜਾਬ, ਔਰ ਉਹਦੇ ਵਿੱਚ ਜਦੋਂ ਪੇਜ ਖੁੱਲ ਜਾਊਗਾ, ਉਹਦੇ ਵਿੱਚ ਪੇਜ ਖੁੱਲਣ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਹੈਗਾ ਆਧਾਰ ਕਾਰਡ ਨੰਬਰ ਫਿਲ ਕਰਕੇ ਨੀਚੇ ਕੈਪਚਾ ਫਿਲ ਕਰਕੇ ਤੁਸੀਂ ਇਹਨੂੰ ਜਦੋਂ ਸਬਮਿਟ ਕਰੋਗੇ ਤਾਂ ਤੁਹਾਡੀ ਐਲੀਜੀਬਿਲਟੀ ਸ਼ੋ ਕਰ ਦੂਗਾ ਕਿ ਤੁਸੀਂ ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਆਯੁਸ਼ਮਾਨ ਭਾਰਤ ਲਈ ਯੋਗ ਹੋ ਜਾਂ ਨਹੀਂ ਹੋ। ਜੇ ਤੁਸੀਂ ਯੋਗ ਹੋਏ ਤਾਂ ਤੁਹਾਡੇ ਉਹਦੇ ਉੱਪਰ ਤੁਹਾਨੂੰ ਇੱਕ ਜਿਹੜਾ ਹੈਗਾ ਨੰਬਰ ਪ੍ਰਾਪਤ ਹੋਊਗਾ, ਤੁਸੀਂ ਉਹ ਨੰਬਰ ਕਿਸੇ ਵੀ CSC ਸੈਂਟਰ ਤੇ ਜਾ ਕੇ ਦੇ ਸਕਦੇ ਹੋ, ਔਰ ਆਪਣਾ ਆਧਾਰ ਕਾਰਡ ਨਾਲ ਦੇ ਕੇ, ਪੁਰਾਣਾ ਰਾਸ਼ਨ ਕਾਰਡ ਦੇ ਕੇ ਆਪਣਾ ਆਯੁਸ਼ਮਾਨ ਭਾਰਤ ਕਾਰਡ ਬਣਾ ਸਕਦੇ ਹੋ। ਤਾਂ ਵੱਧ ਤੋਂ ਵੱਧ ਇਸ ਸਕੀਮ ਦਾ ਫਾਇਦਾ ਉਠਾਓ, ਖਾਸ ਕਰਕੇ ਮੇਰੇ ਪੰਜਾਬ ਦੇ ਜਿਹੜੇ ਰਹਿਣ ਵਾਲੇ ਬੰਦੇ ਆ, ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਸਾਡੇ CSC ਸੈਂਟਰ ਰਾਜਿਆਣਾ ਤੇ ਵਿਜ਼ਿਟ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈਗੀ ਹੈ www.cscrajana.tech, ਤਾਂ ਮੈਂ ਸਕਰੀਨ ਉੱਪਰ ਇਸ ਸਾਈਟ ਦਾ ਜਿਹੜਾ ਹੈਗਾ ਲਿੰਕ ਦੇ ਦੂੰਗਾ। ਤੁਸੀਂ ਸਾਡੇ ਮੋਬਾਈਲ ਨੰਬਰ 9023970951 ਤੇ ਵੀ ਕਾਲ ਲਾ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਔਰ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ, ਐਮਰਜੈਂਸੀ ਕੋਈ ਬੰਦਾ ਬਿਮਾਰ ਹੈ ਪੰਜਾਬ ਦੇ ਵਿੱਚ, ਤਾਂ ਇਹ ਵੀਡੀਓ ਤੁਸੀਂ ਜ਼ਰੂਰ ਹੀ ਸ਼ੇਅਰ ਕਰੋ, ਤਾਂ ਕਿ ਹਰੇਕ ਵਿਅਕਤੀ ਤੱਕ ਆਯੁਸ਼ਮਾਨ ਭਾਰਤ ਸਕੀਮ ਦੇ ਬਾਰੇ ਵਿੱਚ ਜਿਹੜੇ ਹੈਗਾ ਪਤਾ ਚੱਲ ਸਕੇ, ਲੋਕ ਜਾਗਰੂਕ ਹੋ ਸਕਣ, ਔਰ ਕੋਈ ਵੀ ਬੰਦਾ ਜਿਹੜਾ ਬਿਮਾਰ ਆ ਉਹਨੂੰ ਵੱਧ ਤੋਂ ਵੱਧ ਭਾਰਤ ਸਰਕਾਰ ਦੁਆਰਾ ਇਸ ਸਕੀਮ ਦਾ ਲਾਭ ਦੂਸਰੀ ਪਹੁੰਚ ਗੱਲ ਇਹ ਸਕੇ। ਹੈਗੀ ਆ ਕਿ ਪਹਿਲਾਂ ਇਹ ਸਕੀਮ ਸਿਰਫ ਲੋਅਰ ਕਮਿਊਨਿਟੀਆਂ ਦੇ, ਜਿਨ੍ਹਾਂ ਦੇ ਇਕਨੋਮਿਕਲੀ ਬੈਕਵਰਡ ਨੇ ਲੋਕ, ਉਹਨਾਂ ਲਈ ਸਰਕਾਰ ਨੇ ਦਿੱਤੀ ਹੋਈ ਸੀ, ਜਿਨ੍ਹਾਂ ਦੇ ਸਿਰਫ ਨੀਲੇ ਕਾਰਡ ਸੀਗੇ। ਹੁਣ ਇਸ ਤੋਂ ਬਾਅਦ ਇਹ ਜਿਹੜੀ ਸਕੀਮ ਹੈਗੀ ਹੈ ਜ਼ਿਮੀਂਦਾਰਾਂ ਲਈ ਵੀ, ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਵਿੱਚ ਮੋਸਟਲੀ ਆਮ ਕਰਕੇ ਜ਼ਿਮੀਂਦਾਰ ਜਾਂ ਜੱਟ ਬੋਲਦੇ ਹਾਂ, ਉਹਨਾਂ ਲਈ ਵੀ ਇਹ ਸਕੀਮ ਭਾਰਤ ਸਰਕਾਰ ਦੁਆਰਾ ਐਂਡ ਪੰਜਾਬ ਸਰਕਾਰ ਦੇ ਮਦਦ ਨਾਲ ਲਾਂਚ ਕਰ ਦਿੱਤੀ ਗਈ ਹੈ। ਕੈਪਟਨ ਸਰਕਾਰ ਨੇ ਵੀ ਇਹ ਲਾਂਚ ਕੀਤਾ। ਕੈਪਟਨ ਜੀ ਨੇ ਪਹਿਲਾਂ ਇਹ ਦੱਸਿਆ ਸੀਗਾ ਕਿ ਫੋਰਮ ਭਰਾਏ ਜਾ ਰਹੇ ਸੀ ਮੰਡੀ ਬੋਰਡ ਦੁਆਰਾ, ਹੁਣ ਇਹ ਜਿਹੜੀ ਮੰਡੀ ਬੋਰਡ ਦੀ ਹੈ ਤਰੀਕ ਵਧਾ ਕੇ 4 ਅਗਸਤ ਤੱਕ ਕਰ ਦਿੱਤੀ ਗਈ ਆ। ਤਾਂ ਤੁਸੀਂ ਆਪਣੇ ਆੜ੍ਹਤੀਏ ਤੋਂ ਜੇ ਫਾਰਮ ਲੈ ਕੇ, ਜੋ ਤੁਸੀਂ ਫਸਲ ਵੇਚਦੇ ਹੋ, ਕਿਸਾਨ ਜਿਹੜੇ ਕਿਸਾਨ ਹੈਗੇ ਆ, ਆਪਣੇ ਆੜ੍ਹਤੀਏ ਤੋਂ ਜੇ ਫਾਰਮ ਲੈ ਕੇ
एक फॉर्म हैगा उहदे उपर अपने सारे परिवार के मैंबरां दे नाम भर के तुसीं वो फॉर्म भर के अपने आड़ती नूं जमा कराओ 4 तरीक तो पहला, 4 अगस्त 2020 तो पहला फॉर्म नूं फिल करके अपने आड़ती नूं जमा कराउणा, और उस तों बाद तुहाडा जिहड़ा नाम हैगा मंडी बोर्ड दे विच आ जाऊगा। और SHA पंजाब दे उपर तुसीं जदों दुबारा सर्च करोगे तां तुहाडा जिहड़ा नाम है वो एलिजिबिलिटी बोलन लग जाएगी उत्थे। SHA पंजाब उपर तुसीं अपना जिहड़ा हैगा आयुष्मान भारत कार्ड बना सकदे हो। तां आयुष्मान भारत कार्ड जिमीदारां दा वी बणूगा, इस लई बस तुहाडे कोल एक जिहड़ा हैगा जे फार्म होना जरूरी है, फसल तुसीं बेची होनी चाहीदी है। और फसल भी तुसीं पुराना झोने वाला जिहड़ा जे फार्म ਤੁਸੀਂ ਜਦ ਝੋਨਾ ਬੀ ਵੇਚਿਆ ਸੀਗਾ ਉਹਦਾ ਜੇ ਫਾਰਮ ਤੁਸੀਂ ਨਹੀਂ ਲਗਾ ਸਕਦੇ। ਇਸ ਕਰਕੇ ਸਰਕਾਰ ਨੇ ਇਹ ਕੀਤਾ ਕਿ ਜਿਨ੍ਹਾਂ ਨੇ ਗੰਨਾ ਵੇਚਿਆ ਹੋਇਆ, ਜਿਨ੍ਹਾਂ ਨੇ ਕਮਾਦ ਵੇਚੀ ਸੀਗੀ, ਉਹ ਪੁਰਾਣਾ 2019 ਦਾ ਫਾਰਮ ਜਿਹੜਾ ਹੈਗਾ ਲਗਾ ਸਕਦੇ ਆ। ਔਰ ਜਿਨ੍ਹਾਂ ਨੇ ਝੋਨਾ ਵਿੱਚ ਵੇਚਿਆ ਸੀਗਾ ਉਹ 1 ਜਨਵਰੀ 2020 ਤੋਂ ਬਾਅਦ ਵੇਚੀ ਫਸਲ ਦਾ ਹੀ ਜੇ ਫਾਰਮ ਲਗਾ ਸਕਦੇ ਆ। ਇਹ ਗੱਲਾਂ ਧਿਆਨ ਰੱਖਣ। ਔਰ ਤੁਸੀਂ ਇਸ ਫਾਰਮ ਦੇ ਵਿੱਚ ਆਪਣੇ ਆਉਣ ਵਾਲੇ ਧੀ ਪੁੱਤਰ ਲਗਾ ਸਕਦੇ ਹੋ ਜਾਂ ਵਿਧਵਾ ਨੂੰਹ ਦਾ ਵੀ ਵੇਰਵਾ ਪਾ ਸਕਦੇ ਹੋ। ਔਰ ਜਿਹੜਾ ਹੈਗਾ ਆਪਣੇ ਵਿਆਹੇ ਧੀ ਪੁੱਤ ਦਾ ਵੇਰਵਾ ਪਾਉਣਾ ਜਾਂ ਨਹੀਂ ਪਾਉਣਾ, ਇਸ ਬਾਰੇ ਹਜੇ ਸਰਕਾਰ ਦਾ ਇਸ ਫਾਰਮ ਦੇ ਵਿੱਚ ਕੋਈ ਸਪਸ਼ਟੀਕਰਨ ਨਹੀਂ। ਤੇ ਜੇ ਕੋਈ ਬੰਦਾ ਵਿਆਹਿਆ ਹੋਇਆ ਤਾਂ ਉਹ ਆਪਣੀ ਫਸਲ ਆਪਣੇ ਨਾਂ ਦੇ ਉੱਪਰ ਵੇਚੇ ਔਰ ਆਉਣ ਵਾਲੇ ਟਾਈਮ ਤੇ, ਔਰ ਆਪਣਾ ਜਿਹੜਾ ਹੈਗਾ ਜੇ ਫਾਰਮ ਅਲੱਗ ਤੋਂ ਕਟਾਵੇ ਤਾਂ ਕਿ ਉਹ ਇਸ ਸਕੀਮ ਦਾ ਲਾਭ ਲੈ ਸਕੇ। ਜ਼ਿਮੀਂਦਾਰਾਂ ਲਈ ਇਹ ਸਕੀਮ ਹੈਗੀ ਆ, ਤਾਂ ਆਪਣੇ ਫਾਰਮ ਭਰ ਕੇ ਤੁਸੀਂ ਜਮ੍ਹਾਂ ਕਰਾਓ ਆੜ੍ਹਤੀਏ ਨੂੰ ਔਰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ। ਔਰ ਜਿਹੜੇ ਦੂਸਰੇ ਵਿਅਕਤੀ ਹੈ ਜਿਨ੍ਹਾਂ ਕੋਲ ਨੀਲੇ ਕਾਰਡ ਹੈਗੇ ਆ, ਉਹ ਪਹਿਲਾਂ ਵੀ ਇਸ ਕਾਰਡ ਨੂੰ ਬਣਾ ਰਹੇ ਸੀ, ਔਰ ਜਿਨ੍ਹਾਂ ਨੇ ਕੋਲ ਨਹੀਂ ਬਣੇ ਹੋਏ ਇਹ ਕਾਰਡ, ਜਿਹੜੇ 5 ਲੱਖ ਵਾਲੇ ਕਾਰਡ ਜਿਨ੍ਹਾਂ ਨੂੰ ਕਿਹਾ ਜਾਂਦਾ ਆਯੁਸ਼ਮਾਨ ਭਾਰਤ ਸਕੀਮ, ਇਹਦਾ ਐਕਚੁਅਲ ਜਿਹਾ ਨਾਮ ਹੈਗਾ, ਤਾਂ ਆਯੁਸ਼ਮਾਨ ਭਾਰਤ ਸਕੀਮ ਦਾ ਲਾਭ ਲੈਣ ਲਈ ਤੁਸੀਂ ਸਾਡੇ ਸੈਂਟਰ CSC ਰਾਜਿਆਣਾ ਤੇ ਵਿਜ਼ਿਟ ਕਰ ਸਕਦੇ ਹੋ www.csc-rajyana.tech, ਔਰ ਤੁਸੀਂ ਸਾਨੂੰ ਕਾਲ ਕਰਕੇ ਅਪੁਆਇੰਟਮੈਂਟ ਲੈ ਸਕਦੇ ਹੋ, ਔਰ ਤੁਸੀਂ ਕਦੇ ਵੀ ਵਿਜ਼ਿਟ ਕਰਕੇ ਆਪਣੇ ਰੈਲੇਵੈਂਟ ਡਾਕੂਮੈਂਟ ਨਾਲ ਲੈ ਕੇ ਸਾਡੇ CSC ਸੈਂਟਰ ਤੇ ਆਯੁਸ਼ਮਾਨ ਭਾਰਤ ਕਾਰਡ ਬਣਾ ਸਕਦੇ ਹੋ। ਆਓ ਦੋਸਤੋ ਤੁਹਾਨੂੰ ਦੱਸਦੇ ਹਾਂ ਕਿ ਇਹ ਫਾਰਮ ਤੁਸੀਂ ਕਿੱਦਾਂ ਡਾਊਨਲੋਡ ਕਰਨਾ ਤੇ ਜਾਂ ਤੁਸੀਂ ਆਪਣੀ ਐਲੀਜੀਬਿਲਟੀ ਕਿੱਦਾਂ ਚੈੱਕ ਕਰਨੀ ਹੈ। ਤਾਂ ਪਹਿਲਾਂ ਅਸੀਂ ਐਲੀਜੀਬਿਲਟੀ ਚੈੱਕ ਕਰਨ ਲਈ ਅਸੀਂ ਜਿਹੜੀ ਹੈਗੀ ਆ SHA ਪੰਜਾਬ ਦੀ ਵੈਬਸਾਈਟ ਤੇ ਉੱਪਰ ਜਾਂਦੇ ਹਾਂ, ਤੇ ਆ ਤੁਹਾਡੇ ਸਾਹਮਣੇ ਵੈਬਸਾਈਟ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਲਈ ਖੁੱਲ੍ਹ ਗਈ ਆ। 2 ਸੈਕਿੰਡ 3 ਸੈਕਿੰਡ ਵੇਟ ਕਰਨ ਤੋਂ ਬਾਅਦ ਇੱਕ ਟੈਬ ਆਉਂਦੀ ਹੈ, ਤੁਸੀਂ ਉਹਦੇ ਉੱਪਰ ਕਲਿੱਕ ਕਰਨਾ, ਤੁਹਾਡੇ ਸਾਹਮਣੇ ਇਹ ਸਰਚ ਆਪਸ਼ਨ ਖੁੱਲ੍ਹ ਗਈ ਆ। ਤੁਹਾਡੇ ਲੈਫਟ ਹੈਂਡ ਸਾਈਡ ਤੇ ਤੁਸੀਂ ਆਪਣਾ ਜਿਹੜਾ ਹੈਗਾ ਆਧਾਰ ਨੰਬਰ ਪਾਉਣਾ, ਉਹ ਜੋ ਤੁਹਾਡਾ ਆਧਾਰ ਨੰਬਰ ਆ 12 ਅੰਕਾਂ ਦਾ ਤੁਸੀਂ ਕੰਪਲੀਟ ਕਰਨਾ। ਕੰਪਲੀਟ ਕਰਨ ਤੋਂ ਬਾਅਦ ਤੁਸੀਂ ਨੀਚੇ ਜਿਹੜਾ ਹੈਗਾ ਕੈਪਚਾ ਫਿਲ ਕਰਨਾ, ਕੈਪਚਾ ਜਿੱਦਾਂ ਉਹ ਲਿਖਿਆ ਹੋਇਆ 9596 7, ਇਹ ਤੁਸੀਂ ਫਿਲ ਕਰਨਾ ਹੁੰਦਾ। ਫਿਲ ਕਰਨ ਤੋਂ ਬਾਅਦ ਜਦ ਤੁਸੀਂ ਫਿਲ ਕਰੋਗੇ ਨੀਚੇ ਬਲੈਕ 'ਚ ਚੈੱਕ ਸਟੇਟਸ ਦਾ ਬਟਨ ਦਿੱਤਾ, ਔਰ ਤੁਸੀਂ ਇਹਦੇ ਉੱਪਰ ਕਲਿੱਕ ਕਰੋਗੇ। ਕਲਿੱਕ ਕਰਨ ਤੋਂ ਬਾਅਦ ਜੇ ਤੁਹਾਡੀ ਐਲੀਜੀਬਿਲਟੀ ਬਣਦੀ ਹੋਈ ਤਾਂ ਠੀਕ ਹੈ, ਨਹੀਂ ਇਸ ਤਰ੍ਹਾਂ ਦਾ ਜੇ ਨਾ ਐਲੀਜੀਬਿਲਟੀ ਬਣਦੀ ਹੋਈ ਤਾਂ ਇਸ ਤਰ੍ਹਾਂ ਦਾ ਮੈਸੇਜ ਡਿਸਪਲੇ ਹੋ ਜਾਊਗਾ। ਔਰ ਇਹ ਹੈਗਾ ਤੁਹਾਡੇ ਲਈ ਐਲੀਜੀਬਿਲਟੀ ਚੈੱਕ ਕਰਨ ਲਈ, ਇਹਦਾ ਲਿੰਕ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਊਗਾ। ਉਸ ਤੋਂ ਬਾਅਦ ਹੈਗਾ ਕਿ ਤੁਸੀਂ ਫੋਰਮ ਕਿੱਦਾਂ ਡਾਊਨਲੋਡ ਕਰਨਾ, ਤੁਸੀਂ ਸਿੰਪਲ ਜੀ ਆਪਸ਼ਨ 'ਤੇ ਜਾ ਕੇ ਵੈਬਸਾਈਟ 'ਤੇ ਜਾ ਕੇ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ ਉੱਪਰ ਜਾ ਕੇ ਤੁਸੀਂ ਜਿਹੜਾ ਹੈਗਾ ਫੋਰਮ ਡਾਊਨਲੋਡ ਕਰ ਸਕਦੇ ਹੋ, ਔਰ ਸਿਰਫ 10 ਜਾਂ 15 ਮਿੰਟ ਦੇ ਵਿੱਚ ਇਹ ਫੋਰਮ ਤੁਸੀਂ ਕੰਪਲੀਟ ਕਰਕੇ ਆਪਣੇ ਆੜ੍ਹਤੀ ਨੂੰ ਜਮ੍ਹਾਂ ਕਰਵਾ ਸਕਦੇ ਹੋ। ਤੁਸੀਂ ਲਿਖਣਾ ਪੰਜਾਬ ਮੰਡੀ ਬੋਰਡ ਗੂਗਲ ਦੇ ਵਿੱਚ, ਪੰਜਾਬ ਮੰਡੀ ਬੋਰਡ ਦੀ ਤੁਹਾਡੀ ਸਾਈਟ ਤੁਹਾਡੇ ਸਾਹਮਣੇ ਖੁੱਲ੍ਹ ਜਾਏਗੀ। ਵੈਬਸਾਈਟ ਖੁੱਲ੍ਹਣ ਤੋਂ ਬਾਅਦ ਤੁਸੀਂ ਦੇਖਣਾ ਕਿ ਇੱਦਾਂ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ ਤੁਹਾਡੇ ਸਾਹਮਣੇ ਖੁੱਲ੍ਹ ਚੁੱਕੀ ਹੈ, ਔਰ ਤੁਸੀਂ ਆ ਸਾਰਾ ਜਿਹੜਾ ਹੈਗਾ ਕੈਪਟਨ ਸਰਕਾਰ ਦੁਆਰਾ ਦਿੱਤੀ ਗਈ ਸਕੀਮ ਆ ਉਹਦੇ ਬਾਰੇ ਪੜ੍ਹ ਸਕਦੇ ਹੋ। ਪੰਜਾਬ ਦੇ ਕਿਸਾਨਾਂ ਲਈ 5 ਲੱਖ ਰੁਪਏ ਤੱਕ ਦੀ ਜਿਹੜੀ ਹੈਗੀ ਆ ਸਿਹਤ ਬੀਮਾ ਯੋਜਨਾ, ਤਾਂ ਇਹ ਸਿਹਤ ਬੀਮਾ ਯੋਜਨਾ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ, ਜਾਂ ਉਹਨੂੰ ਸੈਂਟਰ ਵੱਲੋਂ ਆਯੁਸ਼ਮਾਨ ਭਾਰਤ ਸਕੀਮ ਦਾ ਨਾਮ ਦਿੱਤਾ ਗਿਆ ਹੈ। ਸਕੀਮ ਦੇ ਵਿੱਚ ਕੀ ਹੈਗਾ, ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਾਂ ਤਾਂ ਇਹ ਜੇ ਫਾਰਮ ਵਾਲੇ ਵਿਅਕਤੀਆਂ ਲਈ ਹੁਣ ਰਜਿਸਟ੍ਰੇਸ਼ਨ ਹੋ ਰਹੀ ਹੈ ਜਾਂ ਫਿਰ ਗੰਨਾ ਪਰਚੀ ਵਾਲੇ, ਜੇ ਕਿਉਂਕਿ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਖੇਤੀ ਕੀਤੀ ਜਾਂਦੀ ਹੈ। ਤਾਂ ਹੁਣ ਆਪਾਂ ਦਰਖਾਸਤ ਕਿਵੇਂ ਦੇਣੀ ਹੈ, ਐਪਲੀਕੇਸ਼ਨ ਫੋਰਮ ਭਰ ਕੇ ਕਿੱਦਾਂ ਦੇਣਾ ਹੈਗਾ,
एप्लीकेशन फॉर्म डाउनलोड करना, पंजाब मंडी बोर्ड की वैबसाइट तो भी डाउनलोड कर सकते हो या तुसी अपने आढ़ती तो लै सकते हो। और यह जिहड़ी हैगी स्कीम जिहड़े लोग झोना बीजते आ उन्हां लई इह जिहड़ी हैगी तरीक है वह 1 जनवरी 2020 तो शुरू होएगी। जिन्हां कोले जे फार्म झोने का है उन्हां लई इह 1 जनवरी 2020 तो मनी जाएगी, और जिन्हां ने गन्ना काश्त किया हैगा उन्हां लई इह उस तो पहलां दी है। तो ये किहड़े किहड़े परिवार के मैंबर आउंदे आ, मुखी पति हो सकदा, पत्नी, माता पिता, नूं उसदे नाबालिग बच्चे। पहलां दी तरीक 24 जुलाई सी पर हुणे वधा के जिवें तुहानूं दस रहे हां 4 अगस्त तक कर दित्ती गई सी। तो असीं देख सकते हैं लाल सिंह चेयरमैन पंजाब मंडी बोर्ड वालों यह डिस्प्ले किया गया एक बैनर है। तो हुण आपां आओ फार्म नूं डाउनलोड करके भरना सीखते हैं कि कंप्लीट फार्म किदां भरना हैगा। फार्म भरन तो बाद तुसीं जिहड़ा हैगा स्टैप बाय स्टैप तुहानूं फार्म भरन की जानकारी दे रहे हैं। तुसीं स्टैप बाय स्टैप अपने हाथ नाल अपना फॉर्म भर के 10 मिनटां दे विच अपने आढ़ती नूं जमा करवा सकते हो। सारे अपने आधार कार्ड दीआं फोटो कॉपियां दे नाल लाउणियां। असी आधार कार्ड नूं फार्म नूं डाउनलोड किया। डाउनलोड करन तो बाद असी साढ़े सामने फार्म खुल गया हैगा। हुण तुसीं देख सकते हो पहला हैगा जिथे लिखिआ मैं, उत्थे तुसीं अपना नाम भरना जिहदे नाम ते जे फार्म कट्टिआ होइआ। फिर तुहाडे पिता जी का नाम आजूगा, तुहाडे दादा जी का नाम इत्थे असी लिखना हैगा। जे साडा मकान नंबर है मकान नंबर असी इत्थे फिल करना, और जे साडा जो पिंड शहर है असी उहदा नाम भरना। ब्लाक साडा ब्लाक आ जांदा, तहसील आ जाणी, इहदे विच असी भरनी आ। मार्केट कमेटी दा जिहड़ा हैगा नाम असी फिल करना, और उस तो बाद साडा जिला जिहड़े असी जिले विच रह रहे हैं। उस तो बाद असी अपना आधार कार्ड नंबर, आधार कार्ड नंबर इत्थे उस व्यक्ति का आएगा जिहदे नाम ते जिहड़ा हैगा तुहाडा हैगा जे फार्म कट्टिआ होया। उस तो बाद उस बंदे का फोन नंबर ते उस दी जन्म मिति। और जे तुहाडे आधार कार्ड उपर ओ सिर्फ ते सिर्फ जिहड़ी हैगी आ साल मैनशन किया होया तां तुसीं एक एक लिख के इहनूं फिल कर सकदे हो। फिर उस तो बाद जिहड़े बंदे का जिहड़ा हैगा आधार कार्ड उपर मैनशन करता उहदा इत्थे नहीं आऊगा। हुण उहदे पिता आधार कार्ड लिंक दे विच तुसीं अपना लिंक मेल लिखणा हैगा, जन्म मिति लिख देनी आ। जे जन्म मिति पूरी नहीं तां एक एक करके पा सकदे हो, 1-1-1969 जिवें। आधार कार्ड नंबर फिल करना, माता का नाम फिल करना, लिंग वाले ऑप्शन च औरत आ जाना हैगा, उन्हां दा डेट ऑफ बर्थ। इस तरह कंटिन्यू करते हुए असी अपने सारे परिवार के मैंबरां दे जिहड़े हैगे आ आधार कार्ड दे नंबर अते उन्हां दी डेट ऑफ बर्थ भर सकते हैं। मैं दोबारा फिर मैनशन कर रहा हाँ, जिन्हां दी डेट ऑफ बर्थ पूरी नहीं दित्ती हुई आधार कार्ड ते वह अपनी डेट ऑफ बर्थ 01-01 उस तो बाद थोड़ा साल जिहड़ा उत्ते लिखा आधार कार्ड ते वह पा के इस फार्म नूं भर सकते हो। फार्म भरन तो बाद जे फार्म या गन्ना परची नंबर आऊगा ते परची की मिति आऊगी, आढ़ती का नाम आऊगा, और उस तो फसल कि वेची आ जानी हैगी। और तो नीचे तुसीं इत्थे मिति लिखनी आ, स्थान लिखना कित्थों भर रहे हो, और जिहड़े बंदे ने भरिया उहदा उहदे हस्ताक्षर इत्थे तुसीं साइन करने हो अपने, जिहदे नां ते जे फार्म हैगा। तो इस तरह फार्म भर के तुसीं जिहड़ा हैगा अपने आढ़ती नूं जमा कराओ, जां तुहाडे जिहड़े लागे तुहाडा मंडी बोर्ड दफ्तर है तुसीं उत्थे जमा करवा सकदे हो। ये फार्म जमा कराउण तों बाद तुहाडी जिहड़ी हैगी डिटेल मंडी बोर्ड विच ऑनलाइन हो जाएगी, और उस तों बाद तुसीं किसी भी कॉमन सर्विस सेंटर ते जाके जिहड़े हैगे अपने बना सकते हो आयुष्मान भारत कार्ड। हुण असीं इस फार्म नूं सेव कर लैंदे हां, सेव एज ए कॉपी करके असीं इहनूं सेव कर लिया हैगा। सेव करके इहनूं डैस्कटॉप ते सेव कर लो। मैं डिस्क्रिप्शन दे विच इहदा लिंक भी दित्ता होया, तुसीं उत्थों भी डाउनलोड कर सकते हो, या फिर तुसीं मंडी बोर्ड की साइट तो जाके डायरैक्ट भी इहनूं डाउनलोड कर सकते हो। जे वीडियो चंगी लगी होवे तां चैनल नूं सबसक्राइब करो, बैल नोटिफिकेशन ऑन करके लाइक वीडियो नूं लाइक कर दो। ते अगे तुहानूं दस रहे हां तुसीं जे वीडियो तुहानूं इनफॉर्मेशन लगी आ तां वीडियो दे तुहाडे राइट हैंड साइड ते एक ना सबसक्राइब बटन दिता होया, तुसीं दोस्तों जिहड़ा साडा चैनल आ सबसक्राइब कर लो, तां कि इहो जिहियां गवर्नमेंट द्वारा आउंदियां स्कीमां तुहाडे तक पहुँच सकन, और जिहड़े मेरे पंजाब दे वासी आ वध तों वध इहनां स्कीमां दा लाभ उठा सकन। तां राइट हैंड साइड ते जाके सबसक्राइब बटन नूं ऑन कर दिओ, और बैल नोटिफिकेशन है उहनूं भी ऑन कर दिओ। ऑल बैल नोटिफिकेशन दे नूं क्लिक करना तां कि आने वाली सारियां वीडियो साडे CSC सेंटर राजाणा वल्लों तुहाडे तक पहुँच सकन। कीप वॉचिंग एजुकेशन हब मोगा।
मैं तो होस्ट ते दोस्त जरनैल सिंह जय हिंद।